ਇਹੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਮਗਰੋਂ ਤਾਇਏ ਨੇ ਸੈਸ਼ ਨੂੰ ਦਿੱਤੀ ਦਰਦਨਾਕ ਮੌਤ ਸਾਹਮਣੇ ਆਈ ਸੀਸੀਟੀਵੀ ਫੁਟੇਜ ਲੁਧਿਆਣਾ ਚ ਵਾਪਰੀ ਸਹਿਪ੍ਰੀਤ ਦੇ ਕਤਲ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਹੈ। ਕਰੀਬ 2 ਦਿਨਾਂ ਤੋਂ ਲਾਪਤਾ ਸਹਿਜਪ੍ਰੀਤ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋ ਉਸ ਦੇ ਸਕੇ ਤਾਇ ਸਰਵਣ ਸਿੰਘ ਨੇ ਹੀ ਕੀਤਾ। ਸਹਿਜ ਦੀ ਲਾਸ਼ ਅੱਜ ਦਰਾਹਾ ਨੇੜੇੋਂ ਨਹਿਰ ਚੋਂ ਬਰਾਮਦ ਕੀਤੀ ਗਈ ਹੈ। 8 ਸਾਲਾ ਮਾਸੂਮ ਸਹਿਜ ਨੂੰ Laash ਬਣ ਵੇਖ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਸਹਿਜ ਪ੍ਰੀਤ ਦੀ ਮੌਤ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਉਹ ਤਾਇਏ ਦੇ ਨਾਲ ਮੋਟਰਸਾਈਕਲ ਤੇ ਬੈਠਾ ਨਜ਼ਰ ਆ ਰਿਹਾ ਹੈ ਮੌਤ ਦੇ ਘਾੜ ਉਤਾਰਨ ਤੋਂ ਪਹਿਲਾਂ ਤਾਇਆ ਸਹਿਜ ਪ੍ਰੀਤ ਨੂੰ ਆਪਣੇ ਨਾਲ ਲੈ ਕੇ ਗੁਰਦੁਆਰਾ ਸਾਹਿਬ ਚ ਚਲਾ ਗਿਆ ਗੁਰਦੁਆਰਾ ਸਾਹਿਬ ਚ ਤਾਇਆ ਸਰਵੰਤ ਸਿੰਘ ਅਤੇ ਸੈਸ਼ਪ੍ਰੀ ਦੋਹਾਨ ਨੇ ਮੱਥਾ ਟੇਕਿਆ ਤੇ ਇੱਥੋਂ ਦੋਵੇਂ ਮੋਟਰਸਾਈਕਲ ਤੇ ਬੈਠ ਕੇ ਚਲੇ ਗਏ ਤਾਈ ਨੇ ਮੱਥਾ ਟੇਕਣ ਤੋਂ ਬਾਅਦ ਸੈਸ਼ ਨੂੰ ਆਪਣੇ ਨਾਲ ਲਿਜਾ ਕੇ ਨਹਿਰ 'ਚ ਡੁਬੋ ਕੇ ਨੰਨੇ ਸੈਸ਼ ਨੂੰ ਤਰਦਕ ਮੌਤ ਦੇ ਦਿੱਤੀ ਤਾਈ ਸਰਵੰਤ ਸਿੰਘ ਨੇ ਪਰਿਵਾਰਿਕ ਰੰਜਿਸ਼ ਕਰਕੇ ਨੰਨੇ ਸੈਸ਼ ਨੂੰ ਇੰਨੀ ਭਿਆਨਕ ਮੌਤ ਦਿੱਤੀ ਹੈ ਤਾਈ ਸਰਵੰਤ ਸਿੰਘ ਦੀ ਨਿਸ਼ਾਨਦੇਹੀ ਤੇ ਅੱਜ ਸੈਸ਼ ਦੀ ਲਾਸ਼ ਨਹਿਰ 'ਚ ਬਰਾਮਦ ਕੀਤੀ ਗਈ ਦੋ ਦਿਨਾਂ ਤੋਂ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਜਦੋਂ ਸਖਤੀ ਨਾਲ ਪੁਲਿਸ ਨੇ ਤਾਇ ਤੋਂ ਪੁਸ਼ਕਿਸ਼ ਕੀਤੀ ਤਾਂ ਤਾਇ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਅਤੇ ਦੱਸਿਆ ਕਿ ਉਸਨੇ ਨਹਿਰ 'ਚ ਡੁੱਬੋ ਕੇ ਸੈਸ਼ ਨੂੰ ਭਿਆਨਕ ਮੌਤ ਦਿੱਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਤਾਇ ਨੇ ਸੈਸ਼ ਨੂੰ ਮੌਤ ਦੇ ਘਾਟ ਉਤਾਰਿਆ ਹੈ ਉਹੀ ਤਾਇਆ ਉਸ ਦਾ ਮਾਸੜ ਵੀ ਲੱਗਦਾ ਹੈ। ਇਹੀ ਤਾਇਆ ਪਹਿਲਾਂ ਇਹ ਚੂੜ ਬੋਲਦਾ ਰਿਹਾ ਕਿ ਉਹ ਫਲ ਲੈਣ ਦੌਰਾਨ ਸੈਸ਼ਪੀਤ ਨੂੰ ਨਾਲ ਲੈ ਕੇ ਗਿਆ ਸੀ ਅਤੇ ਇੱਕ ਥਾਂ ਤੇ ਸੈਸ਼ ਨੂੰ ਰੁਕਣ ਲਈ ਕਿਹਾ ਸੀ ਅਤੇ ਜਦੋਂ ਤਾਇਆ ਫਲ ਲੈ ਕੇ ਆਉਂਦਾ ਹੈ ਤਾਂ ਸੈਸ਼ਪੀਤ ਉੱਥੇ ਨਹੀਂ ਮਿਲਦਾ ਹੈ ਪੁਲਿਸ ਵੱਲੋਂ ਸ਼ਕਤੀ ਨਾਲ ਪੁਸ਼ਕਿਸ਼ ਕਰਨ ਉਪਰੰਤ ਹੀ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੈਸ਼ ਦੀ ਮਾਂ ਸੈਸ਼ ਜਤਾਈ ਨੂੰ ਰਾਮੂ ਕਹਿ ਕੇ ਬੁਲਾਉਂਦੀ ਸੀ ਅਤੇ ਤਾਇ ਸਰਵੰਤ ਸਿੰਘ ਨੂੰ ਬਿਹੱਦ ਗੁੱਸਾ ਆਉਂਦਾ ਹੈ ਅਤੇ ਰੰਜਿਸ਼ ਵੀ ਰੱਖਦਾ ਸੀ ਜਿਕਰ ਜੋ ਹੈ ਕਿ ਸੈਸ਼ਪੀ ਸਿੰਘ 2 ਦਿਨਾਂ ਤੋਂ ਲਾਪਤਾ ਸੀ ਅਤੇ ਪਰਿਵਾਰ ਨੇ ਉਸ ਦੀ ਭਾਲ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਸੈਸ਼ ਬਾਰੇ ਜਿਸ ਨੂੰ ਵੀ ਕੋਈ ਜਾਣਕਾਰੀ ਮਿਲੇ ਤਾਂ ਉਸ ਨੰਬਰ ਤੇ ਸੰਪਰਕ ਕੀਤਾ ਜਾਵੇ ਇੰਨਾ ਹੀ ਪਰਿਵਾਰ ਨੇ ਸੈਸ਼ ਦੀ ਭਾਲ ਕਰਨ ਵਾਲੇ ਲਈ 5100 ਦਾ ਇਨਾਮ ਵੀ ਰੱਖਿਆ ਸੀ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਜਿਸ ਤਾਇਏ ਨਾਲ ਉਹਨਾਂ ਦਾ ਪੁੱਤ ਗਿਆ ਸੀ ਉਹੀ ਤਾਇਆ ਉਸ ਦੀ ਜਾਨ ਲੈ ਲਵੇਗਾ ਜੋ ਕਿ ਬਹੁਤ ਹੀ ਜ਼ਿਆਦਾ ਦੁਖਦਾਈ ਘਟਨਾ ਹੈ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ